ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅਤੇ ਯੂਟਿਊਬ ਫਾਰਮਰ ਚੈਨਲ 'ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਸੋ ਅੱਜ ਗੱਲ ਕਰਾਂਗੇ ਆਪਾਂ ਝੋਨੇ ਦੇ ਵਿੱਚ ਯੂਰੀਆ ਲੇਟ ਤੱਕ ਲਿਜਾਣ ਦੇ ਕੀ ਨੁਕਸਾਨ ਨੇ ਅਤੇ ਇਹਦੇ ਨਾਲ ਝੋਨੇ 'ਤੇ ਫਰਕ ਕੀ ਪੈਂਦਾ ਹੈ, ਕੀ ਕੋਈ ਆਪਾਂ ਨੂੰ ਲੇਟ ਯੂਰੀਆ ਦਾ ਫਾਇਦਾ ਵੀ ਮਿਲਦਾ ਹੈ ਜਾਂ ਨਹੀਂ। ਕਿਉਂਕਿ ਆਪਣੇ ਵਾਰ ਵਾਰ ਇਹੀ ਕਿਹਾ ਜਾਂਦਾ ਕਿ ਯੂਰੀਆ ਜਿਹੜਾ ਥੋੜ੍ਹਾ ਜਿਹਾ ਛੇਤੀ ਕੰਪਲੀਟ ਕਰ ਲੈਣਾ ਚਾਹੀਦਾ ਹੈ ਅਤੇ ਕੁਝ ਬਾਕੀ ਕੋਈ ਜਿਹੜਾ ਮੌਸਮ ਪਰਿਸਥਿਤੀਆਂ 'ਤੇ ਵੀ ਨਿਰਭਰ ਕਰਦਾ ਕਿ ਆਪਾਂ ਯੂਰੀਆ ਕਿੱਥੇ ਤੱਕ ਲੈ ਕੇ ਜਾਣਾ। ਪਰ ਜਿਹੜੀਆਂ ਘੱਟ ਸਮੇਂ ਵਾਲੀਆਂ ਫਸਲਾਂ ਨੇ, ਵਰਾਇਟੀਆਂ ਨੇ ਝੋਨੇ ਦੀਆਂ, ਤਾਂ ਉਹਨਾਂ ਦਾ ਇਹ ਕਿਹਾ ਜਾਂਦਾ ਕਿ 25 ਤੋਂ 30 ਦਿਨ ਦੇ ਵਿੱਚ ਯੂਰੀਆ ਖਤਮ ਕਰੋ ਅਤੇ ਜਿਹੜੀਆਂ ਲੰਬੇ ਸਮੇਂ ਵਾਲੇ ਨੇ ਉਹ 40 ਤੋਂ 45 ਹੱਦ ਦੇਣਾ। ਇਹ ਜਿਹੜਾ ਸਮਾਂ ਦਿੱਤਾ ਜਾਂਦਾ ਹੈ ਝੋਨੇ ਦੇ ਵਿੱਚ ਯੂਰੀਆ ਪੂਰਾ ਕਰਨ ਦਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਪਹਿਲਾਂ ਵੀ ਲੇਟ ਯੂਰੀਆ ਜਾਣ ਦੇ ਨੁਕਸਾਨ ਕੀ ਨੇ। ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਨੁਕਸਾਨ ਹੁੰਦਾ ਜਿਹਦੇ ਬਾਰੇ ਆਪਾਂ ਕੋਈ ਧਿਆਨ ਨਹੀਂ ਦਿੰਦੇ, ਕਿਉਂਕਿ ਇਹ ਤਾਂ ਜ਼ਰੂਰ ਕਿਹਾ ਜਾਂਦਾ ਹੈ ਕਿ ਜੇਕਰ ਯੂਰੀਆ ਲੇਟ ਲੈ ਗਏ ਤਾਂ ਬਲਾਈਟ ਆਊਗੀ, ਫੰਗਸ ਆਊਗੀ, ਤੇਲਾ ਆਊਗਾ, ਸੁੰਡੀ ਦਾ ਹਮਲਾ ਹੋਊਗਾ ਕਿ ਜਿੰਨਾ ਯੂਰੀਆ ਲੇਟ ਜਾ ਕੇ ਲਾਵਾਂਗੇ। ਅਤੇ ਇਹ ਕੁਝ ਹੁੰਦਾ ਵੀ ਹੈ ਕਿਉਂਕਿ ਜ਼ਿਆਦਾ ਲੇਟ ਯੂਰੀਆ ਲਿਜਾਣਾ ਜਦੋਂ ਫਸਲ ਆਪਣੀ ਗੋਭ 'ਤੇ ਆ ਜਾਂਦੀ ਉਸ ਸਮੇਂ ਜਿਹੜਾ ਯੂਰੀਆ ਪਾਉਂਦੇ ਹਾਂ ਉਹਦੇ ਨਾਲ ਫਸਲ 'ਤੇ ਇੱਕ ਤਰ੍ਹਾਂ ਦੀ ਕਾਲਸ ਆ ਜਾਂਦੀ ਹੈ, ਕਿਉਂਕਿ ਜਿਹੜਾ ਰੰਗ ਹੈ ਉਹ ਪੀਲਕ ਤੋਂ ਗੂੜਾ ਹਰਾ ਹੋ ਜਾਂਦਾ ਹੈ। ਸੋ ਜਿੰਨੀ ਹਰਿਆਲੀ ਜ਼ਿਆਦਾ ਰਹੂਗੀ ਫਸਲ 'ਤੇ ਗੂੜਾਪਣ ਜ਼ਿਆਦਾ ਰਹੂ, ਸੁੰਡੀ ਦਾ ਅਟੈਕ ਹੋਣ ਦਾ ਜਿਹੜਾ ਚਾਂਸ ਨੇ ਉਨੇ ਹੀ ਜ਼ਿਆਦਾ ਰਹਿੰਦੇ ਨੇ। ਸੋ ਇਹ ਧਿਆਨ ਦੇ ਵਿੱਚ ਦੇਣ ਵਿੱਚ ਜਿਹੜੀ ਗੱਲ ਆ ਵੀ ਜਦੋਂ ਵੀ ਆਪਣੇ ਕੋਈ ਵੀ ਵਰਾਇਟੀ ਆ ਜਦੋਂ ਗੋਭ 'ਤੇ ਆ ਗਈ, ਗੋਭ ਬਣਨੀ ਸ਼ੁਰੂ ਹੋ ਗਈ, ਤਾਂ ਉਸ ਤੋਂ ਬਾਅਦ ਆਪਾਂ ਫਸਲ 'ਤੇ ਜ਼ਿਆਦਾ ਗੂੜੀ ਹਰਿਆਲੀ ਨਹੀਂ ਲੈ ਕੇ ਆਉਣੀ, ਇਹਦੇ ਨਾਲ ਸੁੰਡੀ ਦਾ ਜਿਹੜਾ ਪ੍ਰਕੋਪ ਆ ਉਹ ਵਧਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ। ਅਤੇ ਜਿਹੜੀ ਗੱਲ ਜਿਹਦੇ ਉੱਤੇ ਕੋਈ ਧਿਆਨ ਨਹੀਂ ਦਿੰਦਾ ਹੈਗਾ ਅਕਸਰ, ਜਿਵੇਂ ਘੱਟ ਸਮੇਂ ਵਾਲੀਆਂ ਵਰਾਇਟੀਆਂ ਜ਼ਿਆਦਾਤਰ ਕਿਸਾਨ ਬੀਜਦੇ ਨੇ, ਜਿਹੜੇ ਆਲੂ ਮਟਰਾਂ ਵਾਲੇ ਨੇ ਜਾਣੀ ਸਬਜ਼ੀਆਂ ਵਾਲੇ ਜਿਨ੍ਹਾਂ ਨੂੰ ਆਪਣਾ ਖੇਤ ਛੇਤੀ ਹੁੰਦਾ ਹੈ ਵੀ ਫਸਲ ਆਪਣੀ ਛੇਤੀ ਕੱਟ ਕੇ ਤਿਆਰ ਹੋ ਜਾਵੇ, ਖੇਤ ਅਗਲੇ ਫਸਲ ਆਪਾਂ ਸਮੇਂ 'ਤੇ ਲੈ ਜਾਈਏ ਕਿਉਂਕਿ ਅਗੇਤੀ ਫਸਲ ਦਾ ਵਧੀਆ ਮੁੱਲ ਮਿਲ ਜਾਂਦਾ ਹੈ। ਸੋ ਇਸ ਦੇ ਲਈ ਸੋ ਇਹਦੇ ਵਿੱਚ ਜਿਹੜਾ ਲੇਟ ਯੂਰੀਆ ਦਾ ਨੁਕਸਾਨ ਇਹ ਹੁੰਦਾ ਹੈ ਕਿ ਆਪਣੀ ਫਸਲ ਆ ਜਿਹੜੀ 5-7 ਦਿਨ ਵੱਧ ਲੈ ਜਾਂਦੀ ਹੈ। ਸੋ ਇਹ ਤੁਸੀਂ ਦੇਖਿਆ ਵੀ ਹੋਊਗਾ ਕਿ ਇੱਕੋ ਦਿਨ ਦੀਆਂ ਲੱਗੀਆਂ ਹੋਈਆਂ ਕਿਸਮਾਂ ਜਿਵੇਂ ਕੋਈ PR 126 ਹੋ ਗਈ ਜਾਂ ਕੋਈ ਵੀ ਕਿਸਮ ਹੋ ਗਈ, ਉਹ ਇੱਕੋ ਦਿਨ ਦੀ ਕਈ ਵਾਰ ਲੱਗੀ ਹੁੰਦੀ ਹੈ, ਨਾਲ ਆਪਣੇ ਗਵਾਂਢੀ ਦੇ ਵੀ ਲੱਗੀ ਹੁੰਦੀ ਹੈ। ਅਤੇ ਜਿਹੜਾ ਕਿਸਾਨ ਯੂਰੀਆ ਲੇਟ ਤੱਕ ਲੈ ਜਾਂਦਾ ਹੈ ਤਾਂ ਉਹ ਫਸਲ 5-7 ਦਿਨ ਬਾਅਦ ਤੋਂ ਲੈ ਜਾਂਦੀ ਹੈ, ਕਿਉਂਕਿ ਯੂਰੀਆ ਫਸਲ ਦੇ ਵਿੱਚ ਕੱਚਾਪਣ ਲੈ ਕੇ ਆਉਂਦਾ ਹੈ ਅਤੇ ਫਸਲ ਨੂੰ ਗੋਭ ਵੱਲ ਲਿਜਾਣ ਤੋਂ ਥੋੜ੍ਹਾ ਬਹੁਤ ਰੋਕਦਾ ਹੈ ਕਿਉਂਕਿ ਫਸਲ ਕੱਚੀ ਰਹਿੰਦੀ ਹੈ। ਸੋ ਇਸੇ ਕਰਕੇ ਗੋਭ ਪਾਉਣ ਦੇ ਵਿੱਚ 2-4 ਦਿਨ ਦਾ ਹੋਰ ਸਮਾਂ ਲੱਗ ਜਾਂਦਾ ਹੈ ਅਤੇ ਇਹਦੇ ਨਾਲ ਆਪਣੀ ਫਸਲ ਆ ਜਿਹੜੀ ਲੇਟ ਹੋ ਜਾਂਦੀ ਹੈ। ਸੋ ਇਹ ਵੀ ਇੱਕ ਵੱਡਾ ਜਿਹੜਾ ਕਹਿ ਸਕਦੇ ਹਾਂ ਆਪਾਂ ਨੁਕਸਾਨ ਵੀ ਕਹਿ ਸਕਦੇ ਹਾਂ ਇਹਨੂੰ, ਕਿਉਂਕਿ ਜੇਕਰ ਆਪਣਾ ਖੇਤ ਆਪਣੇ ਕਿਸੇ ਇਸ ਮਕਸਦ ਨਾਲ ਛੋਟੀ ਫਸਲ ਬੀਜਦੇ ਹਾਂ ਸਮੇਂ ਵਾਲੀ ਕਿ ਆਪਣਾ ਖੇਤ ਛੇਤੀ ਤੋਂ ਛੇਤੀ ਵਿਹਲਾ ਹੋ ਕੇ ਆਪਾਂ ਅਗਲੀ ਫਸਲ ਲਗਾ ਸਕੀਏ, ਸੋ ਉਹਦੇ ਨਾਲ ਆਪਣੇ 5-7 ਦਿਨ ਜ਼ਿਆਦਾ ਲੱਗ ਜਾਂਦੇ ਨੇ ਫਸਲ ਕੱਟਣ ਦੇ ਵਿੱਚ। ਸੋ ਇਹ ਜਿਹੜਾ ਫਰਕ ਇਹ ਵੀ ਪੈਂਦਾ ਹੈ, ਬਾਕੀ ਸੁੰਡੀ ਦਾ ਜਿਹੜਾ ਹਮਲਾ ਹੋ ਗਿਆ, ਪੱਤਾ ਲਪੇਟ ਹੋ ਗਈ, ਗੋਭ ਦੀ ਹੋ ਗਈ ਜਾਂ ਤੇਲੇ ਦਾ ਹਮਲਾ, ਇਹ ਤਾਂ ਲੇਟ ਜਿੰਨਾ ਯੂਰੀਆ ਲਿਜਾਵਾਂਗੇ ਇਹਨਾਂ ਦਾ ਜਿਹੜਾ ਅਟੈਕ ਵਧਣ ਦੇ ਚਾਂਸ ਵੀ ਵੱਧ ਜਾਂਦੇ ਨੇ। ਸੋ ਇਸ ਲਈ ਜਦੋਂ ਆਪਣੀ ਫਸਲ ਗੋਭ 'ਤੇ ਆ ਗਈ ਤਾਂ ਉਸ ਤੋਂ ਬਾਅਦ ਆਪਾਂ ਯੂਰੀਆ ਜਿਹੜਾ ਯੂਜ਼ ਨਹੀਂ ਕਰਨਾ। ਸਪਰੇਹਾਂ ਦੇ ਵਿੱਚ ਵੀ ਜਿਹੜਾ ਯੂਰੀਆ ਘੱਟ ਵਰਤਿਆ ਜਾਵੇ, ਯੂਰੀਆ ਨਾਈਟ੍ਰੋਜਨ ਜਿਵੇਂ 13-0-45 ਕਰਦੇ ਨੇ ਤਾਂ ਉਹਦੇ ਵਿੱਚ ਵੀ ਨਾਈਟ੍ਰੋਜਨ ਹੁੰਦੀ ਹੈ, ਉਹ ਵੀ ਕਈ ਵਾਰ ਇਸ ਸਟੇਜ 'ਤੇ ਆ ਕੇ ਫਸਲਾਂ ਦੇ ਵਿੱਚ ਬਰਨਿੰਗ ਕਰ ਜਾਂਦੀ ਹੈ, ਕਈ ਵਾਰ ਪੱਤਾ ਜਲਣ ਦੀ ਸਮੱਸਿਆ ਸਾਹਮਣੇ ਆ ਜਾਂਦੀ ਹੈ, ਪੱਤੇ ਸਿਰੇ ਮੱਚ ਜਾਂਦੇ ਨੇ ਕਿਉਂਕਿ ਟੈਂਪਰੇਚਰ ਹਾਈ ਹੁੰਦਾ ਹੈ। ਅਤੇ ਜਿਹੜੇ ਕਿਸਾਨ ਪਾਣੀ ਘੱਟ ਲਗਾਉਂਦੇ ਨੇ ਅਤੇ NPK ਆਪਣਾ ਜਿਹੜਾ 13-0-45 ਜਾਂ 2-2 ਕਿਲੋ ਵਰਤਦੇ ਨੇ, ਪਾਣੀ ਘੱਟ ਲਾਉਂਦੇ ਨੇ, ਤਾਂ ਉਹਨਾਂ ਦੇ ਫਸਲਾਂ ਦੇ ਜਿਹੜੇ ਉੱਪਰਲੇ ਸਿਰੇ ਹੁੰਦੇ ਨੇ ਉਹ ਮੱਚ ਜਾਂਦੇ ਨੇ, ਜਿਹੜੇ ਕਿ ਫਸਲ ਦੇ ਝਾੜ ਦੇ ਉੱਪਰ ਕਈ ਵਾਰ ਮਾੜਾ ਪ੍ਰਭਾਵ ਦੇ ਜਾਂਦੇ ਨੇ।